ਨਾਚ ਨਿਆਣਿਆਂ ਨੂੰ ਬੜਾ ਪਸੰਦ ਹੈ ਇਹਦੇ ਤਮਾਸ਼ੇ ਕਰਨਾ, ਤੁਹਾਨੂੰ ਵੀ ਦਿਖਾਉਂਦੇ ਆ। ਲੈ ਨਿਕਲਾਬੋ ਅਦਰਾ ਪਹਿਲਵਾਨੀ ਕਰ ਵਰਦਸ਼, ਐਕਸਰਸਾਈਜ਼ ਕਰ ਪਹਿਲਵਾਨੀਆਂ, ਪਹਿਲਵਾਨੀਆਂ ਕਰ ਪਹਿਲਵਾਨੀਆਂ। ਬੱਚਿਓ ਗੱਲ ਸੁਣੋ, ਇਹ ਗੁਲਾਬੋ ਹੁਣ ਬਾਜ਼ਾਰ ਚੱਲੀ ਤੇ ਅੱਗੇ ਦੇਖਣਾ ਜੀ ਮਾਮੂ ਮੰਡੀ ਬਾਜ਼ਾਰ ਕਿੱਦਾਂ ਜਾਂਦੀ ਗੁਲਾਬੋ। ਏਦਾਂ ਨੀ ਮੁੰਡੇ ਜਾਂਦੇ, ਮੁੰਡੇ ਜੇਬਾਂ 'ਚ ਹੱਥ ਪਾ ਕੇ ਜਾਂਦੇ ਆ ਤੇ ਬਾਜ਼ਾਰ ਜਾਇਆ ਕਰਦੇ। ਗੱਲ ਸੁਣ, ਅੱਜ ਕੱਲ ਦੇ ਮੁੰਡੇ ਬਾਜ਼ਾਰ ਜਾਂਦੇ ਆ ਪੈਦਲ ਨੀ ਜਾਂਦੇ, ਗੱਡੀਆਂ ਤੇ ਜਾਂਦੇ ਆ। ਗੱਡੀ ਚਲਾਏ ਨਾ, ਗੱਡੀ ਤੇਰੀ ਕਿੱਦਾਂ ਚੱਲਦੀ ਆ, ਗੱਡੀਆਂ ਤੇਰੀਆਂ ਪੰਗੇਰੇ ਪਾਇਆ ਕਰਵੇ ਮੁਲਤਾਨ ਦਾ ਭੰਗੜਾ ਪਾਇਆ ਤੇ ਹੁਣ ਚੌਧਰੀਆਂ ਦੇ ਬੱਚਿਆਂ ਨੂੰ ਲਾਹੌਰ ਸ਼ਹਿਰ ਦਾ ਭੰਗੜਾ ਵਿਖਾ, ਲਾਹੌਰ ਦਾ ਡਾਂਸ। ਲਾਹੌਰ ਸ਼ਹਿਰ ਦਾ ਡਾਂਸ ਕਰ ਲੈ, ਲਾਹੌਰ ਸ਼ਹਿਰ ਦਾ ਡਾਂਸ ਕਰ ਲੈ। ਲਾਹੌਰ ਦਾ ਡਾਂਸ ਤੁਸੀਂ ਵੇਖਿਆ, ਮੁਲਤਾਨ ਦਾ ਡਾਂਸ ਵੇਖਿਆ, ਹੁਣ ਕਰਾਚੀ ਦਾ ਡਾਂਸ ਵੇਖੋ। ਇਹ ਗੁਲਾਬੋ ਕਰਾਚੀ ਦੇ ਠੁਮਕੇ ਕਿੱਦਾਂ ਲਾਉਂਦੀ, ਕਰਾਚੀ ਸ਼ਹਿਰ ਦੇ ਠੁਮਕੇ। ਏਦਾਂ ਨੀ ਅੱਗੇ ਪਿੱਛੇ ਪੈਰ ਰੱਖ ਕੇ ਕੁਰਸੀ ਤੇ ਬਹਿ ਜਾ, ਗੁਲਾਬੋ ਤੇਰੇ ਨਾਲ ਆ, ਕੁਰਸੀ ਤੇ ਬਹਿ ਜਾ। ਬੱਚਿਓ ਇਹ ਗੁਲਾਬੋ ਕਹਿੰਦੀ ਮੈਂ ਪੰਜਾਬੀ ਜ਼ਬਾਨ ਨੀ ਜਾਣਦੀ, ਕਹਿੰਦੀ ਉਰਦੂ ਚ ਗੱਲ ਕਰੋ। ਬੰਦਰੀਆ ਆਪ ਕੁਰਸੀ ਤੇ ਉੱਤਰ ਬੈਠ ਜੀ, ਮਿਸਟਰ ਗੁਲਾਬੋ ਆਪ ਕੁਰਸੀ ਕੇ ਉੱਪਰ ਬੈਠ ਜਾਓ। ਬੱਚਿਓ ਬਾਂਦਰੀ ਕਹਿੰਦੀ ਹੈ, ਇਹ ਬੰਦਰੀਆ ਕਹਿ ਰਹੀ ਹੈ ਪੰਜਾਬੀ ਉਰਦੂ ਕੰਮ ਸਮਝਤੀ ਹੂੰ, ਕਹਿੰਦੀ ਇੰਗਲਿਸ਼ ਮੈਂ ਬਾਤ ਕਰੀਏ। ਚਲੋ ਜੀ ਇੰਗਲਿਸ਼ ਚ ਬਾਤ ਕਰਦੇ ਨੇ। ਅੱਛਾ ਬੰਦਰੀਆ ਮੌਂਕੀ ਪਲੀਜ਼ ਸ਼ਿਕਾਇਤ, ਤਾੜੀ ਲਗਾਈ। ਸਹੁਰਿਆਂ ਦੇ ਘਰ ਗਈ, ਕੋਈ ਸੱਸ ਨੇ ਚਾਹ ਪਾਣੀ ਪੁੱਛਿਆ, ਸੱਸ ਨੇ ਇੱਜ਼ਤ ਕੀਤੀ, ਸਲੂਕ ਕੀਤਾ, ਸੱਸ ਤੇਰੇ ਘਰ ਆ ਸੀ ਤੂੰ ਉਹਦੀ ਇੱਜ਼ਤ ਕੀਤਾ। ਕੀ ਗੱਲ ਹੋ ਗਈ, ਕਹਿੰਦੀ ਨਵੀਂ ਨਵੀਂ ਸ਼ਾਦੀ ਹੋਈ, ਸਹੁਰਿਆਂ ਦੇ ਘਰ ਚਲੀ ਗਈ, ਸੱਸ ਨੇ ਚਾਹ ਦੇ ਵਿੱਚ ਤਵੀਤ ਘੋਲ ਕੇ ਪਿਲਾ ਦਿੱਤੇ, ਬੇੜਾ ਗਰਕ ਕਰ ਦਿੱਤਾ। ਆਹ ਵੇਖ ਲਓ ਨਵੇਂ ਵਿਆਹ ਵਾਲੇ ਹਾਲ,
ਆ ਪਾਗਲ ਕਰ ਦਿੱਤਾ, ਸੁਧਾਈ ਕਰ ਦਿੱਤਾ। ਮਾਂ ਬਾਪ ਤੇ ਕਾਲ ਹੁੰਦੀ ਕਿੰਨਾ ਰਾਜ਼ੀ, ਕਿੰਨਾ ਖੁਸ਼। ਆ ਡੰਡਾ ਮਾਰ ਕੇ ਕੰਮ ਸਿਖਾਇਆ ਪੁੱਤ, ਕਰੇ ਭੁੱਖੇ ਪੇਟ ਵਾਸਤੇ ਆ ਭੁੱਖਾ ਪੇਟ। ਗੁਲਾਬੋ ਆਪਾਂ ਦੂਰੋਂ ਨਹੀਂ ਆਉਂਦੇ, ਆ 508 ਠਿਕਰੀ ਵਾਲਾ ਆਪਣਾ ਪਿੰਡ ਹੈ, ਤਾਂ ਆਪਾਂ ਨੂੰ ਇੱਥੇ 70-75 ਸਾਲ ਹੁੰਦੇ ਪਏ ਨੇ। ਗੁਲਾਬੋ ਐ ਮੇਰੇ ਚੌਧਰੀਆਂ ਨੂੰ ਸਲੂਟ ਕਰ। ਲੈ ਹੁਣ ਅੱਜ ਅੱਛੇ ਜਿਹੇ ਇਨਾਮ ਦੇਸੀ ਆ ਡੱਬਾ ਫੜ ਲੈ, ਸਿਰ ਤੇ ਰੱਖ ਲੈ ਸਿਰ ਤੇ।